ਫੌਜਾਂ ਪਾਣੀ ਪੀ ਰਿਹਾ ਜਿਹੜੇ ਟੂਬਲ ਦਾ ਇਹ ਟੂਬਲ ਬਗੈਰ ਕਿਸੇ ਮੋਟਰ ਤੋਂ ਅਤੇ ਬਗੈਰ ਕੋਈ ਕਿਸੇ ਇੰਜਨ ਤੋਂ ਇਹ ਚੱਲ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਇਸ ਟਾਈਮ ਫੌਜ ਤਾਹਰ ਸਾਹਿਬ ਇਹਦਾ ਪੂਰਾ ਮੁਆਇਨਾ ਕਰ ਰਹੇ ਨੇ ਅੱਗੇ ਉਹਨਾਂ ਨੇ ਵੀਡੀਓ ਬਣਾਈ ਹੈ ਅਤੇ ਇਹ ਪੀਟਰ ਹੈ ਇਹ ਹੋ ਗਿਆ ਪੀਟਰ ਉਹ ਤੁਹਾਨੂੰ ਪਤਾ ਲੱਗਦਾ ਪਰ ਇਹ ਬਿਲਕੁਲ ਇਸ ਟਾਈਮ ਜਿਹੜਾ ਨਾ ਕੋਈ ਇਹਨੂੰ ਥੱਲੇ ਗੌਰ ਨਾਲ ਦੇਖੋ ਕੋਈ ਮੋਟਰ ਸ਼ੋਟਰ ਨਹੀਂ ਹੈ ਹਾਂਜੀ ਪਾਣੀ ਹੋ ਰਿਹਾ ਜੀ ਜਾ ਰਿਹਾ ਕਿਤੇ ਇਹ ਨਾਲੇ 'ਚ ਜਾ ਰਿਹਾ ਜੀ ਇਹ ਮੁਸਲਸਲ ਚੱਲਦਾ ਰਹਿੰਦਾ ਜੀ ਇੱਥੋਂ ਦੇ ਲੋਕਾਂ ਦਾ ਕਹਿਣਾ ਕਿ ਇਹਨੂੰ ਕੋਈ ਬੰਦ ਨਹੀਂ ਕਰਦਾ ਇਹ ਗੌਰ ਨਾਲ ਦੇਖ ਲਓ ਇਹਦੀਆਂ ਪੁਲੀਆਂ ਨੇ ਅਗਰ ਬੰਦ ਕਰਨ ਤਾਂ ਇੱਥੋਂ ਦੀ ਕਰਦੇ ਨੇ ਪਰ ਉਹ ਪੀਟਰ ਹੈ ਦੇਖੋ ਪਾਣੀ ਦੇ ਰਿਹਾ ਉੱਧਰ ਸ਼ੌਕਤ ਆ ਰਿਹਾ ਉਸਤਾਦ ਕੌਸਰ ਆ ਰਿਹਾ ਮਲਕ ਸਾਹਿਬ ਨੇ ਇੱਧਰ ਫੌਜਾਂ ਸਹੀ ਪਾਣੀ ਵੀ ਠੀਕ ਦੇ ਰਿਹਾ ਇਹਦੀ 4 ਇੰਚ ਦੀ ਨਾਲੀ ਹੈ 4 ਇੰਚ ਦਾ ਪੈਪ ਹੈ ਅਤੇ ਚਲੋ 4 ਤਾਂ ਨਹੀਂ 6 ਬਲਕੇ ਜੀ 6 ਇੰਚ ਦਾ ਪੈਪ ਹੈ ਸ਼ੌਕਰ ਨੇ ਹੁਣ ਦੱਸਿਆ ਅਤੇ ਤਕਰੀਬਨ ਨਹੀਂ 3 ਕੁ ਪਾਣੀ ਹੈ ਔਰ ਮਿੱਠਾ ਪਾਣੀ ਹੈ ਹਾਂ ਮਾਸ਼ਾਅੱਲਾ ਜੀ ਦੇਖੋ ਇਹ ਕੁਦਰਤ ਦੇ ਨਿਜ਼ਾਮ ਨੇ ਅੱਲਾ ਪਾਕ ਨੇ ਕੈਸਾ ਕਰਮ ਕੀਤਾ ਰਿਹਾ ਲੋਕਾਂ ਦੇ ਉੱਤੇ ਔਰ ਦੇਖੋ ਇਹ ਇਹਦੀ ਆਡ ਹੈ ਕੋਈ ਆਡ ਨਹੀਂ ਲੱਭਦੀ ਪਈ ਹੈ ਨਾ ਸਾਰੇ ਹੀ ਉਹ ਪਿਆਰ ਹੈ ਕਿ ਇਹਨੂੰ ਆਉਂਦੇ ਨੇ ਜਾਲਾ ਜੂਲਾ ਇਹਨੇ 24 ਘੰਟੇ ਚੱਲਦਿਆਂ ਰਹਿਣਾ ਇੱਧਰ ਨੂੰ ਜਾ ਕੇ ਅਤੇ ਉਹ ਉੱਥੇ ਨਾਲਾ ਉਹਦੇ ਵਿੱਚ ਇਹਨੇ ਜਾ ਡਿੱਗ ਪੈਣਾ ਪ੍ਰੈਸ਼ਰ ਦੀ ਬਿਲਕੁਲ ਇਹ ਵੀ ਗੱਲ ਹੈ ਹਾਂਜੀ ਵਾਕਈ ਜ਼ਬਰਦਸਤ ਸਾਦ ਕੌਸਰੀ ਦੇਖੋ ਹੈ ਕੈਸਾ ਅੱਲਾ ਪਾਕ ਨੇ ਦੇਖੋ ਕੈਸਾ ਲੋਕਾਂ ਦੇ ਕਰਮ ਕੀਤਾ ਦਾ ਅਸੀਂ ਤਾਂ ਪਾਣੀ ਨਹੀਂ ਦੇ ਸਕਦੇ ਪੈਲੀਆਂ ਆਪਣੀ ਔਰ ਸਟਾਲਾ ਦੇਖੋ ਧੁੰਨ ਕੇ ਸਟਾਲਾ ਦੱਸੋ ਸਾਹ ਜੀ ਤੁਸੀਂ ਕੋਈ ਤਬਸਰਾ ਕਰੋ ਇਹਦੇ ਮਾਮਲੇ 'ਚ ਕਿ ਪਾਣੀ ਕਿਸ ਤਰ੍ਹਾਂ ਆ ਰਿਹਾ ਬੇਸ਼ੱਕ ਗੱਲ ਕੋਈ ਸਿੱਧੀ ਸਿੱਧੀ ਕਰਿਓ ਇਸ ਟਾਈਮ ਤੁਸੀਂ ਲਾਈਵ ਜਾ ਰਹੇ ਹੋ ਹਾਂ ਕਿੰਨਾ ਹੋਣਾ ਪਾਣੀ ਅੱਧਾ ਹੈ 3 ਇੰਚੀਆਂ ਚਲੋ 2 ਹੀ ਬੜਾ ਇਹ ਮੁਸਲਸਲ ਚੱਲੇ ਤੇ 1 ਦਿਨ 'ਚ ਖੂਹ ਭਰ ਛੱਡਦਾ ਹੋਣਾ ਯਾਰ ਦੇਖੋ ਕੁਦਰਤੀ ਯਾਰ ਦੇਖੋ ਹੈ ਇਹ ਪਿੰਡ ਹੈ ਸਕਮਾਲ ਪਿੰਡ ਹੈ ਅਤੇ ਚੱਕ ਅਮਰੂ ਜਿਹੜਾ ਨਾ ਉਹ ਪਿੱਛੇ ਇੱਕ ਚੱਕ ਅਮਰੂ ਇਹ ਆਖਰੀ ਪਿੰਡ ਆਖਰੀ ਪੋਸਟ ਉਹ ਕੀ ਕਹਿੰਦੇ ਨੇ ਪਾਕਿਸਤਾਨ ਦਾ ਜਿਹੜਾ ਨਾ ਚੱਕ ਅਮਰੂ ਤੋਂ ਬਾਅਦ ਹੈ ਆਖਰੀ ਪਿੰਡ ਹੈ ਸੁਕਮਾਲ ਇਹਦੇ ਤੋਂ ਬਾਅਦ ਪਰਾਂ ਜੰਮੂ ਕਸ਼ਮੀਰ ਸ਼ੁਰੂ ਹੋ ਜਾਂਦਾ ਸਾਰੇ ਵਾਹ ਜੀ ਵਾਹ ਸੁਭਾਨ ਅੱਲਾ ਬੜੀਆਂ ਤਸਵੀਰਾਂ ਸਾਜ ਤੁਹਾਡੀਆਂ ਆਉਂਦੀਆਂ ਪਈਆਂ ਆਹੋ ਤਸਵੀਰ ਤਾਂ ਕੋਈ ਨਹੀਂ ਖਿੱਚੀ ਹਾਂਜੀ ਉਮਰ ਠੀਕ ਠਾਕ ਅਜਮਲ ਹੋਰ ਸਭ ਖੈਰ ਕਰੀਏ ਤਾਂ ਦੇਖ ਲਓ ਹਾਂ ਇਹ ਸਾਡੇ ਉਸਤਾਦ ਕੌਸਰੀ ਸਾਹਿਬ ਨੇ ਆਹੋ ਇਹ ਆਪਣੀ ਯਾਦਗਾਰ ਤਸਵੀਰ ਕੈਚ ਕਰਵਾ ਰਹੇ ਨੇ ਅਤੇ ਸਾਡੀ ਸਵਾਰੀ ਆ ਉਹ ਆ ਰਹੀ ਹੈ ਮਲਕ ਸਾਹਿਬ ਹੋਰੀ ਇਹ ਦੇਖੋ ਜਿੱਥੋਂ ਦੀ ਪਾਣੀ ਜਾਂਦਾ ਨਾ ਕੋਈ ਉਹਨਾਂ ਸਾਫ਼ ਸੂਫ ਨਹੀਂ ਕੀਤੀ ਦੀ ਇਹਨੂੰ ਕੀ ਆਉਂਦੇ ਨੇ ਆਪਣੇ ਆਪ ਹੀ ਪਾਣੀ ਜਾ ਰਿਹਾ ਇੱਧਰ ਨੂੰ ਜਿਹਦਾ ਦਿਲ ਕਰਦਾ ਲਾ ਲੈਂਦਾ ਅਤੇ ਬਾਕੀ ਉਹ ਜਿਹੜੀਆਂ ਮੋਟਰਸਾਈਕਲਾਂ ਜਾ ਰਹੀਆਂ ਨੇ ਉਹਨਾਂ ਦੇ ਕੋਲ ਨਾਲਾ ਬਾਕੀ ਉਹ ਨਾਲੇ 'ਚ ਜਾ ਸੁੱਟਦੇ ਨੇ ਵਾਹ ਜੀ ਵਾਹ ਸੁਭਾਨ ਅੱਲਾ ਅਤੇ ਇੱਧਰ ਦੂਰ ਤੱਕ ਇੱਕ ਉਹ ਇੰਜਨ ਹੈ ਦੂਰ ਹਾਂ ਉਹ ਸਾਡੀ ਸਵਾਰੀ ਆ ਰਹੀ ਹੈ ਜੀ ਮਲਕ ਮੁਸਲਮ ਸਾਹਿਬ
ਹਾਂਜੀ ਰਾਣਾ ਸਾਹਿਬ, ਰਾਣਾ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਮੈਸੇਜ ਤੁਹਾਡਾ ਮੈਂ ਪੜ੍ਹਿਆ ਅਤੇ ਇਨਸ਼ਾਅੱਲਾ ਹੁੰਦੀ ਹੈ ਗੱਪਸ਼ੱਪ। ਅਤੇ ਇਸ ਟਾਈਮ ਅਸੀਂ ਆਏ ਦੇ ਚੱਕ ਅਮਰੂ। ਹਾਂਜੀ, ਇਹ ਨਾ ਟਿਊਬਵੈੱਲ ਦੇਖਿਆ ਜਿਹੜਾ ਨਾ ਬਗੈਰ ਰਾਣਾ ਸਾਹਿਬ ਇੰਜਨ ਤੋਂ ਚੱਲਦਾ, ਕੋਈ ਮੋਟਰ ਨਹੀਂ, ਕੋਈ ਚੀਜ਼ ਨਹੀਂ, ਔਰ ਮੁਸਲਸਲ ਜਿਹੜਾ ਨਾ ਚੱਲ ਰਿਹਾ। ਬੜਾ ਅੱਲਾ ਪਾਕ ਨੇ ਉਹਨਾਂ ਦੇ ਕਰਮ ਕੀਤਾ ਦਾ। ਆਹੋ, ਇੱਧਰ ਫਸਲਾਂ ਦੇਖ ਲਓ, ਪੈਲੀਆਂ ਉੱਚੀਆਂ ਨੇ ਵੈਸੇ, ਅਤੇ ਹੈ ਫਸਲ ਬੜੀ ਪਿਆਰੀ ਹੈ, ਕਿਉਂਕਿ ਪਾਣੀ ਆ ਰਿਹਾ ਬਿਲਕੁਲ ਹੀ ਜਿਹੜਾ ਨਾ ਕੀ ਕਹਿੰਦੇ ਨੇ ਇਹਦਾ ਫਰੀ ਦਾ ਮਿਲ ਰਿਹਾ ਅਤੇ ਕੁਦਰਤੀ। ਔਰ ਕਿੰਨਾ ਕੁ ਪ੍ਰੈਸ਼ਰ ਹੋਏਗਾ ਸਾਧ ਕੌਸਰੀ ਜੇ ਅੱਗੇ ਫੌਜਾਂ ਪਰਾਂ ਸ਼ੌਕਤ ਲਓ ਜੀ, ਇਹ ਚੀਜ਼ ਚੋਗਾ ਵੀ ਜਿਹੜਾ ਨਾ। ਹਾਂ ਠੀਕ ਹੈ, ਜਿਹੜਾ ਮੈਂ ਕਾਲ ਕਰਨਾ ਇਨਸ਼ਾਅੱਲਾ ਜੂੰ ਹੀ ਇੱਧਰੋਂ ਹੁਣ ਫਰਕ ਹੁੰਦੇ ਹਾਂ, ਫਿਰ ਸਕੂਨ ਨਾਲ ਕਾਲ 'ਤੇ ਗੱਪ ਸ਼ੱਪ ਹੁੰਦੀ ਹੈ। ਇਹ ਚਿੜੀ ਚੋਗਾ ਖਾ ਰਹੇ ਨੇ ਹੁਣ ਜਿਹੜਾ ਨਾ। ਜੀ ਜੀ ਯਾਰ, ਰਾਣਾ ਸਾਹਿਬ ਆ ਬੜੀ ਰੌਣਕ ਜਿਹੜੀ ਆ ਨਾ ਵੱਧ ਜਾਂਦੀ ਆ। ਆਹੋ, ਇਹ ਹੁਣ ਜਿਹੜਾ ਨਾ ਦੇਖ ਲਓ, ਸੁਬਹਾ ਤਾਂ ਨਿਕਲੇ ਹਾਂ ਵੀ ਜਿਹੜਾ ਨਾ ਫਿਰਦੇ ਫਿਰਦੇ ਜਿਹੜਾ ਨਾ ਕਰਤਾਰਪੁਰ ਗਏ ਹਾਂ ਅਤੇ ਉਹਨਾਂ ਬੰਦ ਕੀਤਾ ਤਾਂ ਦਰਬਾਰ 'ਤੇ ਤਾਂ ਨਹੀਂ ਜਾਣ ਦਿੱਤਾ। ਹਾਂਜੀ, ਅਤੇ ਫਿਰ ਅਸੀਂ ਜਿਹੜਾ ਨਾ ਬਾਅਦ 'ਚ ਚੱਕ ਅਮਰੂ ਆ ਗਏ। ਹਾਂ, ਅਤੇ ਹੁਣ ਇਨਸ਼ਾਅੱਲਾ ਜਿਹੜਾ ਨਾ ਹੁੰਦੀ ਹੈ ਗੱਪ ਸ਼ੱਪ। ਹਾਂ, ਐਂਡ ਕਰੋ ਜੀ, ਚੀਰੀ ਚੋਗੇ। ਓਕੇ ਜੀ, ਐਂਡ ਹੋ ਗਏ।